ਅਸਲਾਮ ਅਲੈਕੁਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 11ਵੇਂ ਸ਼ਰੀਫ ਦੇ ਦਿਨ ਚੱਲ ਰਹੇ ਹਨ, ਤੋ ਅੱਜ ਸ਼ਨੀਵਾਰ ਹੈ ਤੋ ਕੱਲ ਐਤਵਾਰ ਹੈ। ਤੋ ਕੱਲ ਸਭ ਦੋਸਤਾਂ ਨੇ ਜਮਾਤ ਦੇ ਨਾਲ ਜੋ 11ਵੇਂ ਸ਼ਰੀਫ ਦਾ ਆਪਾਂ ਖਤਮ ਦਵਾਉਂਦੇ ਹਾਂ ਸ਼ਾਮ ਦੇ ਵਕਤ 5:15 ਤੋਂ 6:15 ਦੇ ਵਿੱਚ ਵਿੱਚ ਆਪਾਂ 11ਵੇਂ ਸ਼ਰੀਫ ਦਾ ਜਿਹੜਾ ਖਤਮ ਹੈ ਦਵਾਉਣਾ। ਤੋ ਇਸ ਵਾਰ ਦੀ ਜੋ 11ਵੀਂ ਹੈ ਉਹ ਦੁਨੀਆਂ ਦੇ ਲਈ, ਸਭ ਦੁਨੀਆਂ ਦੇ ਲਈ ਆਪਾਂ ਫਰਿਆਦ ਅਰਦਾਸ ਬੇਨਤੀ ਦੁਆ ਸਲਾਮ ਪੜ੍ਹਨੀ ਹੈ ਕਿ ਉਹ ਦਾਤਾ ਜੋ ਇਹ ਕਹਿਰ ਚੱਲ ਰਿਹਾ ਇਸ ਨੂੰ ਖਤਮ ਕਰ ਦੇਵੇ, ਮਾਲਿਕ ਇਸ ਚੀਜ਼ ਤੋਂ ਸਾਨੂੰ ਬਚਾਵੇ। ਤੋ ਇਹ ਛੋਟੀ ਜਿਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਿਆ ਕਿ ਅੱਜ ਦਾ ਵੀਡੀਓ ਦੱਸਣ ਦਾ ਮਕਸਦ ਇਹ ਸੀ ਕਿ ਆਪਾਂ ਕੱਲ ਜੋ 5 ਅਪ੍ਰੈਲ ਦਿਨ ਐਤਵਾਰ ਨੂੰ 11ਵੇਂ ਸ਼ਰੀਫ ਦਾ ਖਤਮ ਦਵਾਉਣਾ ਹੈ ਸ਼ਾਮ ਦੇ ਵਕਤ 5:15 ਤੋਂ 6:15 ਦੇ ਵਿੱਚ ਵਿੱਚ, ਤੋ ਸਾਰੇ ਦੋਸਤਾਂ ਨੇ ਉਸ ਵਕਤ ਜਮਾਤ ਦੇ ਨਾਲ 11ਵੀਂ ਜੋ ਦਿੰਦੇ ਨੇ ਇੱਕ ਮਨ ਇੱਕ ਚਿੱਤ ਹੋ ਕੇ ਅੱਲਾਹ ਤਾਲਾ ਦੇ ਚਰਨਾਂ ਦੇ ਵਿੱਚ ਦੁਆ ਬੇਨਤੀ ਇਹ ਕਰਨੀ ਹੈ ਕਿ ਮਾਲਿਕ ਸਭ ਨੂੰ ਇਸ ਕਹਿਰ ਤੋਂ ਬਚਾ ਤੇ ਸਭ ਆਪਣੇ ਘਰ ਦੇ ਵਿੱਚ ਸਲਾਮਤ ਰਹਿਣ, ਸਭ ਜਲਦੀ ਜਲਦੀ ਇਹ ਕੈਦ ਨੂੰ ਖਤਮ ਕਰੇ ਤਾਂ ਜੋ ਆਪਣੇ ਆਪਣੇ ਕੰਮਾਂ ਤੇ ਸਾਰੇ ਵਾਪਸ ਚਲੇ ਜਾਣ ਜਿੱਦਾਂ ਪਹਿਲਾਂ ਜਾਂਦੇ ਸੀ। ਤੋ ਨਿੱਕੀ ਜੀ ਹੈਗੀ ਹੈ ਤੇ ਇੱਕ ਅੱਜ ਦੁਪਹਿਰ ਨੂੰ, ਅੱਜ ਸ਼ਨੀਵਾਰ ਹੈ, ਅੱਜ ਦੁਪਹਿਰ ਨੂੰ ਮੈਂ 2 ਵਜੇ ਇੱਕ ਹੋਰ ਵੀਡੀਓ ਪਾਵਾਂਗਾ ਜਿਸ ਦੇ ਵਿੱਚ ਇੱਕ ਦੁਆ ਪਾਵਾਂਗਾ ਜੋ 11ਵੇਂ ਸ਼ਰੀਫ ਦੇ ਮੌਕੇ ਤੇ ਪੜ੍ਹੀ ਜਾਂਦੀ ਹੈ। ਤੇ ਉਹ ਦੁਆ ਉਹਦੇ ਵਿੱਚ ਵੀਡੀਓ ਹੈ ਉਸ ਵਿੱਚ ਦੁਆ ਉਹ ਪੜ੍ਹਦੇ ਹਨ ਤੇ ਤੁਸੀਂ ਯਾਦ ਜੇ ਕਰ ਸਕਦੇ ਯਾਦ ਕਰ ਲਿਓ, ਜੇ ਨਹੀਂ ਯਾਦ ਕਰ ਸਕਦੇ ਉਸ ਵਕਤ ਉਹ ਉਦਾਂ ਪਲੇ ਕਰਕੇ ਉਦਾਂ ਲਾ ਕੇ ਉਹ ਖਤਮ ਦਵਾ ਸਕਦੇ ਹੋ। ਤੋ ਜਲਦ ਹਾਜ਼ਰ ਹੋਵਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।